देश विदेश में बसते पंजाबियों जी आया मैं हरजिंदर सिंह रंधावा तुसीं देख रहे हो पंजाब टैलीविजन और मेरे नाल ने सरदार नरेंद्रपाल सिंह। एक बार फिर नवजोत सिंह सिद्धू और कैप्टन अमरिंदर सिंह दे विचाले संवाद शुरू होया। एक अरसा एक साल भर का अरसा उहदे विच पहली बारी अपने अस्तीफे भेजण तों बाद पहली बारी नवजोत सिंह सिद्धू पंजाब दे मुख्यमंत्री कैप्टन अमरिंदर सिंह नूं संबोधित होए। यह रिश्ता कदे प्यो पुत वाला सी, एक दूजे दे नेड़े ढोके बहन वाला सी, कन्न च गल करन वाला सी। दूरियां बनदियां बनदियां इन्नियां बन गईयां कि पंजाब दा माहौल तलख हो गया। नवजोत सिंह सिद्धू लंबे समय तो घर बैठे आ, लेकिन अज उन्होंने ये जिहड़ी जम्मी हुई बर्फ तोड़ी आ, भावें तलखी नाल ही तोड़ी आ, शिकवे करदे ही तोड़ी आ। उन्होंने मुख्यमंत्री कैप्टन अमरिंदर सिंह नूं संबोधित हुंदिआं लिखिआ कि मेरे नाल मेरे हल्के दे विच पक्षपात किया जा रहा विकास कार्यों को लेकर। सरदार साहब बड़ी दिलचस्प गल बनी है कि नवजोत सिंह सिद्धू कैप्टन अमरिंदर सिंह नालों दूरी बना के बैठे सी, जे भावे ये तलख चिट्ठी के रूप च ही आ, शिकवे के रूप च ही आ, पर जदों एक बारी संवाद शुरू होंदा ते फिर अगों भी हुंगारा मिलता। देखण वाले कैप्टन अमरिंदर सिंह सिद्धू नूं किहो जिहा हुंगारा भरदे आ, मुहब्बत पेश करदे आ, अफसरां नूं हदायतां जारी करदे आ, नवजोत सिंह सिद्धू नूं चिट्ठी दा जवाब चिट्ठी च दिंदे आ, जां मिलण आउण लई सद्दा दिंदे आ, जां आप मिलण आउंदे आ। बहुत दिलचस्प समीकरण बणदे जा रहे आ। मेरे लई इह इक चिट्ठी नहीं, इक शिकवा नहीं, अखबारी खबर नहीं, मेरे लई तां इह कांग्रेस दे विच नवजोत सिंह सिद्धू दी मुड़ वापसी दा राह वी नजर आ सकदा है। हां, बगावत वी हो सकदी, बगावत वी हो सकदी। देखो इह मैं ते बड़ा साफ कहांगा कि सिद्धू परिवार नहीं, जिहदे च नवजोत सिंह सिद्धू मौजूदा विधायक सबका मंत्री ते इन्हां दी धर्मपत्नी नवजोत कौर सिद्धू, डॉक्टर नवजोत कौर सिद्धू उह सबका विधायक। तुहानू याद होवेगा कि 2014 दी लोकसभा तों पहलां 2012 दे विच डॉक्टर नवजोत कौर सिद्धू ने मुख्यमंत्री प्रकाश सिंह बादल नूं भी ऐसी चिट्ठी लिखी सी कि तुसीं कहिंदे ते बहुत कुछ हो, विकास पुरश हो, ਤੁਸੀਂ ਕਹਿੰਦੇ ਹੋ ਕਿ ਤੁਹਾਡੇ ਨਾਲ ਦਾ ਕੋਈ ਸੰਸਾਰ 'ਚ ਬਣਿਆ ਹੀ ਨਹੀਂ ਹੈ ਜਿਹਨੇ ਵਿਕਾਸ ਕਰਾਇਆ ਪੰਜਾਬ ਦਾ, ਲੇਕਿਨ ਹਲਕਾ ਪੂਰਬੀ ਜਿਹੜਾ ਆ ਉੱਥੇ ਤਾਂ ਤੁਸੀਂ ਕੋਈ ਦੇ ਕੇ ਖੁਸ਼ ਨਹੀਂ ਹੋ। ਔਰ ਹਾਲਾਤ ਇੱਥੋਂ ਤੱਕ ਪੁੱਜ ਗਏ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿਣਾ ਪਿਆ ਕਿ ਬੀਬਾ ਜੀ ਤੁਸੀਂ ਮੰਗੋ ਤਾਂ ਸਹੀ, ਜੋ ਮੰਗੋਗੇ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਆਹ ਰੁੱਖ ਨਾ ਅਖਤਿਆਰ ਕਰੋ। ਔਰ ਅੱਜ ਜਿਹੜੇ ਹਾਲਾਤ ਬਣੇ ਨੇ, ਅੱਜ ਜਦੋਂ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਪੜ੍ਹੀ ਜਾਂਦੀ ਹੈ ਤੇ ਉਹ ਚਿੱਠੀ ਜਿਹੜੀ ਆ ਉਹ ਕੈਪਟਨ ਸਰਕਾਰ ਦੀ 3 ਸਾਲ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੇ ਉੱਤੇ ਸਵਾਲੀਆ ਚਿੰਨ ਲਾ ਰਹੀ ਹੈ। ਨਵਜੋਤ ਸਿੱਧੂ ਦੇ ਹਲਕੇ ਦੇ ਵਿੱਚ 2 ਐਸੇ ਪੁਲ ਨੇ, ਇੱਕ ਅੰਡਰ ਬ੍ਰਿਜ ਹੈ, ਰੇਲਵੇ ਅੰਡਰ ਬ੍ਰਿਜ ਹੈ। ਇਹ ਉਹ ਰੇਲਵੇ ਅੰਡਰ ਬ੍ਰਿਜ ਬਣਨਾ ਆ ਜਿੱਥੇ 2018 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਦੋਂ ਉੱਥੇ ਇੱਕ ਦੁਸਹਿਰੇ ਮੌਕੇ ਲੋਕ ਜਿਹੜੇ ਸਨ ਰੇਲਵੇ ਲਾਈਨ ਦੇ ਥੱਲੇ ਆ ਗਏ ਸਨ ਹਫੜਾ ਦਫੜੀ ਦੇ ਵਿੱਚ, ਜਿੱਥੇ 60 ਦੇ ਕਰੀਬ ਮੌਤਾਂ ਹੋ ਗਈਆਂ ਸਨ। ਉਸ ਰੇਲਵੇ ਬ੍ਰਿਜ ਜਿਹੜਾ ਆ ਉਹਦੇ ਅੰਡਰ ਗਰਾਊਂਡ ਇੱਕ ਪੁਲ ਬਣਨਾ ਹੈ। ਔਰ ਦੂਸਰਾ ਜਿਹੜਾ ਸਭ ਤੋਂ ਅਹਿਮ ਹਲਕਾ ਪੂਰਬੀ ਦੇ ਵਿੱਚ ਹੈ ਜਿਹਨੂੰ ਕਹਿੰਦੇ ਸੰਤ ਸਿੰਘ ਸੁੱਖਾ ਸਿੰਘ ਚੌਂਕ, ਉਹਦੇ ਉੱਤੇ ਇੱਕ ਪੁਲ ਬਣਨਾ ਹੈ। ਔਰ ਨਵਜੋਤ ਸਿੱਧੂ ਕਹਿੰਦੇ ਨੇ ਕਿ ਉਸ ਵੇਲੇ ਤੁਸੀਂ 5 ਐਸੇ ਪੁਲਾਂ ਦਾ ਉਦਘਾਟਨ ਅੰਮ੍ਰਿਤਸਰ ਚ ਕਰਕੇ ਗਏ ਸੀ, ਜਿਹਦੇ ਚੋਂ 2 ਪੁਲ ਹਲਕਾ ਪੂਰਬੀ ਦੇ ਸੀ। ਔਰ ਤੁਸੀਂ ਅਕਤੂਬਰ 2018 ਚ ਕੈਪਟਨ ਅਮਰਿੰਦਰ ਸਿੰਘ ਜੀ 137 ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦੇ ਸੀ, ਕਿਰਪਾ ਕਰਕੇ ਦੱਸ ਦਿਓ ਅੱਜ ਉਹ ਕਿੱਥੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਰੇਲਵੇ ਦਾ ਅੰਡਰ ਬ੍ਰਿਜ ਹੈ ਉਹਦੀ ਜਿਹੜੀ ਮਨਜ਼ੂਰੀ ਹੈ ਸੈਂਟਰਲ ਮਿਨਿਸਟਰੀ ਤੋਂ, ਉਹ ਤੇ ਮੈਂ ਆਪਣਾ ਰਸੂਖ ਵਰਤ ਕੇ ਲੈ ਕੇ ਆਉਂਦੀ ਸੀ, ਤੁਸੀਂ ਉਹ ਤੇ ਕੰਮ ਨਹੀਂ ਕੀਤਾ। ਫਿਰ ਉਹ ਕਹਿੰਦੇ ਨੇ ਕਿ ਤੁਸੀਂ ਇੱਕ ਇਨਵਾਇਰਮੈਂਟ ਪੈਕੇਜ ਦੇਣਾ ਸੀ ਪ੍ਰੋਜੈਕਟ ਦਾ ਕੋਈ, ਕਹਿੰਦੇ 5 ਕਰੋੜ ਉਸ ਵੇਲੇ ਉਹਦੀ ਲੱਗਣੀ ਸੀ, ਲੇਕਿਨ ਹੁਣ ਤੁਹਾਡੇ ਜਿਹੜੇ ਐਕਸੀਅਨ ਨੇ ਕੋਈ ਨਗਰ ਨਿਗਮ ਦੇ ਉਹ ਉਸੇ ਪ੍ਰੋਜੈਕਟ ਨੂੰ 7 ਕਰੋੜ ਤੱਕ ਲੈ ਗਏ ਨੇ। ਸਰਦਾਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਜਿਹੜਾ ਵਿਸਥਾਰ ਤੁਸੀਂ ਦਿੱਤਾ ਬਿਲਕੁਲ ਠੀਕ ਹੈ ਕਿ ਉਹਨਾਂ ਨੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਸੀ ਉਹਨਾਂ ਦੇ ਉੱਤੇ ਅਣਦੇਖੀ ਹੋਈ ਆ, ਇਹ 'ਚ ਕੋਈ 2 ਰਾਵਾਂ ਨਹੀਂ। ਸਵਾਲ ਬਹੁਤ ਵੱਡਾ ਨਵਜੋਤ ਸਿੰਘ ਸਿੱਧੂ ਨੇ ਉਠਾਇਆ, ਭਾਵੇਂ ਇੰਝ ਲੱਗਦਾ ਹੈ ਕਿ ਉਠਾਇਆ ਨਵਜੋਤ ਸਿੰਘ ਸਿੱਧੂ ਵੱਲੋਂ ਗਿਆ, ਪੂਰੇ ਪੰਜਾਬ ਦੇ ਵਿੱਚ ਹਾਲਾਤ ਇੰਝ ਦੇ ਆ, MLA ਚੁੱਪ ਕਰਕੇ ਦਿਨ ਕੱਟੀ ਕਰਨ ਨੂੰ ਅਮਾਦਾ ਨੇ,
ਕਰ ਰਹੇ ਨੇ। ਅਸਲ ਦੇ ਵਿੱਚ ਅਫਸਰਸ਼ਾਹੀ ਬਹੁਤਾ ਜ਼ਿਆਦਾ ਪੋਲੀਟੀਸ਼ੀਅਨਸ ਨੂੰ ਅੱਜ ਕੱਲ ਘਾ ਨਹੀਂ ਪਾਉਂਦੀ। ਅਫਸਰਸ਼ਾਹੀ ਆਪਣੀ ਧੁੰਨ ਦੇ ਵਿੱਚ ਮਸਤ ਹੈ, ਕਿਸੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਿਹੜੇ ਪਾਵਰ ਸੈਂਟਰ ਇੱਕ ਇੱਕ ਦੋ ਦੋ ਬਣ ਗਏ ਆ, ਉਹਨਾਂ ਕਰਕੇ ਹੁਣ ਇਹਨਾਂ ਨੂੰ ਨਹੀਂ ਲੱਗਦਾ ਕਿ 117 MLA ਦੀ ਗੱਲ ਸੁਣੀਏ, ਕਿਉਂਕਿ ਅਪੁਆਇੰਟ ਨਿਯੁਕਤੀਆਂ ਤੇ ਬਦਲੀਆਂ ਜਦੋਂ ਉੱਪਰੋਂ ਹੋਣੀਆਂ ਥੱਲੇ ਵਾਲਿਆਂ ਨੂੰ ਕੌਣ ਪੁੱਛਦਾ। ਪਰ ਇੱਕ ਇੱਕ ਗੱਲ ਜਿਹੜੀ ਦੁਬਾਰਾ ਵਾਪਰੀ ਆ ਕਿ ਨਵਜੋਤ ਸਿੰਘ ਸਿੱਧੂ ਬਹੁਤ ਸੈਂਸਿਟਿਵ ਮਸਲਿਆਂ ਦੇ ਵਿੱਚ ਵੀ ਚੁੱਪ ਰਹੇ, ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਲਈ ਉਹਨਾਂ ਨੇ ਨਾ ਚੰਗਾ ਕਿਹਾ ਨਾ ਮਾੜਾ ਕਿਹਾ, ਬਿਲਕੁਲ ਠੀਕ। ਲੇਕਿਨ ਇਹ ਜਿਹੜੀ ਹੁਣ ਗੱਲ ਤੁਰੀ ਆ, ਜੇ ਇਹ ਗੱਲ ਥੋੜੀ ਅੱਗੇ ਤੁਰਦੀ ਆ ਉਧਰੋਂ ਜ਼ਿਆਦਾ ਪੋਜ਼ਿਟਿਵਿਟੀ ਦਿਖਾਈ ਜਾਂਦੀ ਹੈ। ਜੇ ਸਾਰੇ ਹੀ ਇਹਨਾਂ ਪ੍ਰੋਜੈਕਟਾਂ ਤੇ ਬਹੁਤ ਅੱਛੇ ਤਰੀਕੇ ਨਾਲ ਕੰਮ ਸ਼ੁਰੂ ਹੋ ਜਾਂਦਾ, ਅਫਸਰਸ਼ਾਹੀ ਨੂੰ ਨਿਰਦੇਸ਼ ਜਾਰੀ ਹੋ ਜਾਂਦੇ ਆ ਮੁੱਖ ਮੰਤਰੀ ਵੱਲੋਂ, ਔਰ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੋਈ ਪੋਜ਼ਿਟਿਵ ਬਿਆਨ ਦੇ ਦਿੰਦੇ ਆ, ਫਿਰ ਦੇਖਣਾ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਦਾ ਅਗਲਾ ਰਿਐਕਸ਼ਨ ਕੀ ਹੋ ਸਕਦਾ। ਸਵਾਲ ਇਸ ਤੋਂ ਵੀ ਅਗਲਾ ਤੁਰੇਗਾ ਕਿ ਕੀ ਇਹ ਇੱਕ ਤਰੀਕੇ ਨਾਲ ਰਿਸ਼ਤਿਆਂ ਦੇ ਵਿੱਚ ਆਈ ਕੁੜੱਤਣ ਨੂੰ ਦੂਰ ਕਰਨ ਦਾ ਸਾਧਨ ਵੀ ਹੋ ਸਕਦਾ, ਜਾਂ ਅੱਗੇ ਨਾਲੋਂ ਰਿਸ਼ਤੇ ਹੋਰ ਜ਼ਿਆਦਾ ਤਲਖ ਹੋ ਸਕਦੇ ਆ। ਬਿਲਕੁਲ ਸਹੀ ਗੱਲ। ਇਹ ਵੀ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਤਰ੍ਹਾਂ ਦੇ ਪੱਤਰ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਹੋਰ ਨਾਰਾਜ਼ ਹੋਣ, ਉਹਨਾਂ ਦੀ ਚੁੱਪ ਹੋਰ ਡੂੰਗੀ ਹੋ ਜਾਏ। ਬਿਲਕੁਲ ਠੀਕ ਹੈ, ਕਿਉਂਕਿ ਇਸ ਵੇਲੇ ਜਿੰਨੇ ਵੀ ਘਟਨਾਕ੍ਰਮ ਨੇ, ਜਿੰਨੇ ਵੀ ਸਮੀਕਰਨ ਨੇ, ਉਹ ਸਾਰੇ ਕੈਪਟਨ ਅਮਰਿੰਦਰ ਸਿੰਘ ਦੀ ਫੇਵਰ ਚ ਹੈ। ਮੈਕਸੀਮਮ MLA ਉਹਨਾਂ ਦੇ ਪੈਰ ਚ ਪੈਰ ਰੱਖਦੇ ਆ, ਹਾਈ ਕਮਾਂਡ ਉਹਨਾਂ ਨੂੰ ਤਕਲੀਫ ਦੇਣ ਦੀ ਪੋਜੀਸ਼ਨ ਚ ਨਹੀਂ ਜੋ ਰਾਜਸਥਾਨ ਚ ਬਣਿਆ ਹੋਇਆ। ਸੋ ਮੈਨੂੰ ਇੰਝ ਲੱਗਦਾ ਹੈ ਕਿ ਜਾਂ ਤਾਂ ਨਵਜੋਤ ਸਿੰਘ ਸਿੱਧੂ ਇਹ ਮਹਿਸੂਸ ਕਰ ਰਹੇ ਆ ਕਿ ਹੁਣ ਇਹ ਆਰ ਪਾਰ ਦੀ ਲੜਾਈ ਲੜ ਲਈ ਜਾਵੇ, ਕੋਈ ਬਹਾਨਾ ਲਾ ਕੇ, ਸਹੀ ਗੱਲ ਹੈ, ਕੋਈ ਬਹਾਨਾ ਲਾ ਕੇ ਬਾਹਰ ਨਿਕਲਿਆ ਜਾਵੇ ਜਾਂ ਕੋਈ ਬਹਾਨਾ ਲਾ ਕੇ ਅੰਦਰ ਜਾਇਆ ਜਾਵੇ। ਸੋ ਇਹਨੂੰ 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 ਤੁਸੀਂ ਕਿਵੇਂ ਦੇਖਦੇ ਹੋ, ਇਹ ਅੰਦਰ ਜਾਣ ਦਾ ਸਬੱਬ ਬਣੂ ਜਾਂ ਬਾਹਰ ਨਿਕਲਣ ਦਾ ਸਬੱਬ ਬਣੂ? ਦੇਖੋ, ਦੋ ਚੀਜ਼ਾਂ ਬੜੀਆਂ ਸਾਫ਼ ਨੇ ਤੁਹਾਡੇ ਸਾਹਮਣੇ। ਇਸ ਵੇਲੇ ਸਿਰਫ ਤੁਹਾਡੇ ਸਾਹਮਣੇ ਜਿਹੜੀ ਕਾਂਗਰਸ ਦੇ ਅੰਦਰਲੀ ਜਿਹੜੀ ਖਾਨਾ ਜੰਗੀ ਹੈ ਉਹ ਰਾਜਸਥਾਨ ਦੀ ਆ। ਉੱਥੇ ਸਪੀਕਰ ਤੱਕ ਸੁਪਰੀਮ ਕੋਰਟ ਚਲੇ ਗਏ ਕਿ ਮੇਰਾ ਅਧਿਕਾਰ ਹੈ, ਸੁਪਰੀਮ ਕੋਰਟ ਨੇ ਕਿਹਾ ਵਾਪਸ ਚਲੇ ਜਾਓ। ਇਹਦਾ ਮਤਲਬ ਕਿਤੇ ਨਾ ਕਿਤੇ ਉੱਥੇ ਸਚਿਨ ਪਾਇਲਟ ਜਿਹੜੇ ਨੇ, ਜੇ ਉਹ ਆਪ ਕਾਫਲੇ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ, ਕਾਫਲੇ ਦੀ ਅਗਵਾਈ ਨਹੀਂ ਕਰ ਸਕੇ, ਤੇ ਉਹ ਬਾਕੀਆਂ ਦਾ ਵੀ ਰਾਹ ਰੋਕ ਕੇ ਖਲੋ ਗਏ ਨੇ। ਹੁਣ ਇਹ ਜਿਹੜਾ ਸਾਰਾ ਕੁਛ ਹੈ, ਇਹ ਉਹਦੇ ਲਈ ਘੱਟੋ ਘੱਟ ਕਾਂਗਰਸ ਹਾਈਕਮਾਨ ਲਈ ਇੱਕ ਸੰਦੇਸ਼ ਹੈ, ਕਿੰਨਿਆਂ ਕਿੰਨਾ ਵਿਗਾੜ ਲਓਗੇ। ਬਿਲਕੁਲ। ਦੂਸਰੀ ਗੱਲ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਹੈ, ਇਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਦਿਸਦਾ ਪਿਆ ਕਿ ਉਹ ਬਰਗਾੜੀ ਮੁੱਦੇ ਤੇ ਚੁੱਪ ਨੇ, ਬਿਲਕੁਲ ਨੀ ਬੋਲੇ। ਕਿਸਾਨੀ ਦੇ ਉੱਤੇ ਇੰਨਾ ਕੁਛ ਹੋਇਆ, ਨਵਜੋਤ ਸਿੱਧੂ ਖਾਮੋਸ਼ ਨੇ। ਲੇਕਿਨ ਜੇ ਨਵਜੋਤ ਸਿੱਧੂ ਇਸ ਵੇਲੇ ਸਿਰਫ ਆਪਣੇ ਹਲਕੇ ਲਈ ਬੋਲਦੇ ਪਏ ਨੇ, ਤੇ ਫਿਰ ਉਹ ਕਿਤੇ ਨਾ ਕਿਤੇ ਇੱਕ ਨਿਸ਼ਾਨਾ ਜਿਹੜਾ ਹੈ, ਜਿਹੜੀ ਕਾਂਗਰਸ ਦੀ ਪੰਜਾਬ ਦੀ ਇੰਚਾਰਜ ਆ ਆਸ਼ਾ ਕੁਮਾਰੀ, ਉਹਦੇ ਵੱਲ ਨਿਸ਼ਾਨਾ ਮਾਰ ਰਹੇ ਨੇ। ਤੁਹਾਨੂੰ ਯਾਦ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਾਹਮਣੇ ਆ ਗਿਆ ਸੀ, ਤੇ ਆਸ਼ਾ ਕੁਮਾਰੀ ਨੇ ਬੜੇ ਪਿਆਰ ਨਾਲ ਕਿਹਾ ਸੀ, ਦੇਖੋ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਚੰਗੇ ਵਿਧਾਇਕ ਨੇ, ਉਹ ਆਪਣਾ ਕੰਮ ਕਰ ਰਹੇ ਨੇ। ਅੱਜ ਜਦੋਂ ਕਿ ਕਾਂਗਰਸ ਦੀ ਜਿਹੜੀ ਅਹੁਦਿਆਂ ਦੀ ਲਿਸਟ ਜਿਹੜੀ ਆ ਪੰਜਾਬ ਦੀ, ਉਹ ਸਾਹਮਣੇ ਆਉਣ ਵਾਲੀ ਆ, ਕਿਉਂਕਿ ਇਹ ਵੀ ਲਿਸਟਾਂ ਤਿਆਰ ਨੇ, ਤੇ ਜਦੋਂ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦਾ ਪ੍ਰਧਾਨ ਜਿਹੜਾ ਨਵਜੋਤ ਸਿੰਘ ਸਿੱਧੂ ਹੋ ਸਕਦਾ, ਸਾਰੀਆਂ ਕਿਆਸ ਰਾਈਆਂ ਜਿਹੜੀਆਂ ਨੇ ਸਾਹਮਣੇ ਨੇ, ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਦੇਖਿਆ ਹੋਣਾ ਕਿ ਚਲੋ ਦੇਖੀਏ ਦਾਲ ਚੋ ਇੱਕ ਅੱਧਾ ਕੋੜਕੂ ਦੇਖ ਕੇ ਮਾੜਾ ਮੋਟਾ ਸੇਕ ਤੇ ਲਾ ਕੇ ਦੇਖ ਲਓ। ਨਹੀਂ, ਤੁਸੀਂ ਠੀਕ ਫਰਮਾਉਂਦੇ ਹੋ, ਲੇਕਿਨ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਚੋਂ ਪੰਜਾਬ ਦਾ ਲੀਡਰ ਲੱਭਦੇ ਆ, ਹਲਕਾ ਪੂਰਬੀ ਦਾ ਨਹੀਂ। ਉਹ ਲੋਕ ਇਹ ਮਹਿਸੂਸ ਕਰਦੇ ਆ ਕਿ ਨਵਜੋਤ ਸਿੰਘ ਸਿੱਧੂ ਹਰ ਪੱਖ ਦੇ ਮਸਲੇ ਦੇ ਉੱਤੇ ਮੂਹਰੇ ਉਹ ਲੜਾਈ ਲੜੇ। ਜੇ ਕਿਸਾਨ ਜਥੇਬੰਦੀਆਂ ਨਿਹੱਥੀਆਂ ਹੋਈਆਂ ਪਈਆਂ, ਤੇ ਜੇਕਰ 6 ਤੋਂ 7 ਕਿਸਾਨ ਜਥੇਬੰਦੀਆਂ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਵਰਗਾ ਕਰੇ, ਤੇ ਰਿਜ਼ਲਟ ਕੀ ਦੇ ਕੀ ਹੋ ਸਕਦੇ, ਅੰਦੋਲਨ ਦੀ ਰੂਪਰੇਖਾ ਕੀ ਹੋਵੇ। ਦੂਜੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਜੇਕਰ BJP ਦੇ ਸਰਵੇ ਸਰਵਾ ਨਰਿੰਦਰ ਮੋਦੀ ਦੇ ਫੈਸਲਿਆਂ ਤੇ ਨਹੀਂ ਬੋਲਿਆ। ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਦੇਖਿਆ ਕਿ ਸਭ ਤੋਂ ਵੱਡਾ ਮਸਲਾ ਸੀਗਾ ਕੈਪਟਨ ਅਮਰਿੰਦਰ ਸਿੰਘ ਨਾਲ ਪੰਗੇ ਦਾ, ਬੇਅਦਬੀ ਮਾਮਲਿਆਂ ਦੇ ਉੱਤੇ ਕਈ ਕੁਝ ਹੋ ਰਿਹਾ, ਉਹਦੇ ਉੱਤੇ ਵੀ ਉਹਦੀ ਚੁੱਪ ਬੜੀ ਅਜੀਬ ਲੱਗਦੀ। ਸੋ ਪੰਜਾਬ ਦੇ ਲੋਕ ਕਹਿੰਦੇ ਕਿ ਹਲਕੇ ਤੱਕ ਨਾ ਰਹੋ, ਥੋੜਾ ਜਿਹਾ ਅੱਗੇ ਆਓ।
लेकिन ये भी बड़ा साफ है ना कि इस वे कांग्रेस के कोल कैप्टन सरकार के कोल एक ही नुकता रह गया कि असी विकास कर रहे हैं जी। जिस तरह वो धड़ाधड़ कह रहे हैं कि इन्नी फोर्स जी दूसरे पास इधर लैन का असी सीधिया भर्तियां कर लिया असी आ कर लिया असी वह कर लिया ठीक है जी। जिस तरह वह अपन प्राप्तियां गिना रहे ने मैं एक छोटी जी प्राप्ति गिनाई जा रही कि इस बार सरकारी स्कूलों के नतीजे बहुत चंगे आ गए ने जी। यह बड़ी वड्डी प्राप्ति दिखाई गई है जबकि असलियत इस तरह वेखनी चाहिए कि जेड़े लोग इस वेले सकत्रे दे विच बैठे ने जां जिहड़े उच्चे अहुदियां ते बैठे ने कि उन्हां दे बच्चे कुछ सरकारी स्कूलों च पढ़ रहे सी। नहीं नहीं सरदार साहब एक होर पहलू देखो देखो ये तां एवें कबूतर दे अखां मीटण वर्गी गल आ बिलकुल सरकारी स्कूलों के नतीजे चंगे आ गए। हाँ बंदा पुछे भी तुसी रिजल्ट रिजल्ट किदां कढ़िया नंबर एक नंबर दो की पेपर होए नंबर तीन जे सेंटरी सरकारी स्कूलों च बने सी जी, और जी, इंटरनल असैसमेंट के आधार से तुसी नंबर लाने सी पास करने सी तुहाडे मुलाजम तुहाडे सेंटर तुहाडे रिजल्ट ते जिन्हों मर्जी दे दिओ सवाल ते तां जे प्राइवेट स्कूल और सरकारी स्कूल दे बच्चियां नूं एक छत थले बिठाओ जी और उन्हां नूं पंजाबी अंग्रेजी हिंदी साइंस मैथ दा पेपर कराओ हाँ ते फिर उहदे परफॉर्मेंस दे आधार ते नंबर लाओ जे जे सरकारी स्कूल दी असल तस्वीर सामने ना आवे ते कहना हालांकि असी सरकारी स्कूलों दे हक च है साढ़े पैसे ना चलदे आ स्कूल असी जिहड़ा टैक्स देने आ उहदे उत्तों स्कूल चलदे स्कूल सरकार दे नहीं पब्लिक दे आ सो पब्लिक सर्विस जिहड़ी मारती गई आ मारती उस लीडरशिप ने जिन्हें अगे ठीक अफसर नहीं लाए जिन्हें उन्होंने उत्ते चेक नहीं रखा तुसी ठीक कह रहे हो ये कादा विकास है ये विकास कोई विकास नहीं। नवजोत सिंह सिद्धू ने उठाए मसले ठीक है जी इहदे नाल जिहड़ी सिद्धू ने एक नबज टोई आ जी एक मेणा मारिया वह इसे ही जिले दे एक मंत्री नूं मारिया अच्छा क्योंकि जो कहते कि पांच पुल बनने से फ्लाईओवर ते रेलवे अंडरब्रिज उस वेले एक 22 नंबर का जिहड़ा रेलवे फाटक है वह सिद्धू दे हल्के च नहीं है वह पूर्वी च नहीं है पछमी च आउंदा अच्छा ते पछमी दे मंत्री ने वह इस वेले सर्वो सर्वा ने अमृतसर दे विच अच्छा उन्होंने किते ना किते एक निहोरा मारिया कि चलो आ पांच जिहड़े तुसी नींह पत्थर रख गए सी इन्हां दा काम ही शुरू कर दिओ किते जी और विकास नू विकास ते लिया के खड़ा कर देना कि दसो मेरे हल्के च ते नहीं होया जी। हुण ये बाकियां ने भी आ कि जिहड़े बाकी चुप करके बैठे होणगे ना वह भी बोलणगे भी साढ़े किन्ना क हो गया बिल्कुल भावें कोई समझाउण नहीं लगे कि सिद्धू साहब कोई डर नहीं सब कुछ होण डिया साडे भी इदां ही होण डिया लेकिन ये हकीकत जिहड़ी आ उहनूं मन्नेगा कौन जी। लेकिन फिर सवाल उत्थे ही आ कि नवजोत सिद्धू ने जदों देखिया कि जेड़े सुखपाल खहरा कल तक लोकां दीआं नजरां च जीरो सी इस वेले ओह लोकां दी निगाह दे विच ने ओह लोकां दे नुमाइंदे बण के सामने आ रहे ने लोकां दे हमदर्द बण के सामने आ रहे ने और जेड़े डाक्टर गांधी बारे ये कहा जा रहा सी कि ते खामोश ने एमपी दी चोण हारन तो बाद ओह डाक्टर गांधी वी इस वेले लोकां दे सामने ने और लोक निहोरा मार रहे सी बार बार नवजोत सिद्धू नूं बार बार नवजोत सिंह जिता रहे सी कि जे इदां ही भाई चुप करके बैठा रहा तो फिर सारे दरवाजे हौली हौली बंद हो जाने ने नवजोत सिंह करके उन्होंने पहला अपना ही दरवाजा खड़काया। सिद्धू दा सरगर्म होना भावे इस रूप च होना उहदा उहनूं खैर मकदम करना बनदा है उहदा स्वागत बिलकुल 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 लेकिन फिर वह थोड़ी जी हरकत करके अंदर शह मार के बह जाना गल बनदी नहीं। सिद्धू साहब अक्सर सोचते हैं कि समा बड़ा पिया पर समा नहीं बचा पंजाबी हर दिन तकलीफ वल वध रहा सिद्धू तो आस करनी बनती है कि यह युद्ध समूहिक तौर पर लड़े समूहिक अगवाई देवे लोगों नूं उत्तों उम्मीदा ने उन्हां दीआं उम्मीदा नूं मारे ना सो यह आस करनी बनती है अगले दिनों के जिहड़े घटनाक्रम देखने होणगे कि नवजोत सिंह सिद्धू दे संबोधित होण नूं कैप्टन अमरिंदर सिंह किवें लैंदे हुंगारा किहो जिहा आउंदा रिजल्ट की आउंदे आ कि सिद्धू अंदर जाणगे जां सिद्धू कांग्रेस तों बाहर चले जाणगे पंजाबियां नूं दोवें पासिओं एक उम्मीद है कि शायद बंदा कुछ करे। सरदार साहब बहुत धन्नवाद बहुत मेहरबानी।